ਸਤਿ ਸ਼੍ਰੀ ਅਕਾਲ ਜੀ, ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਆ। ਅਤੇ ਅੱਜ ਅਸੀਂ ਪਹੁੰਚੇ ਜੀ ਬੇਗੋਵਾਲ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਖਾਨੇ ਦੇ ਵਿੱਚ, ਅਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਟਾਈਮ ਵੈਦ ਜਸਵੰਤ ਸਿੰਘ ਜੀ ਮੌਜੂਦ ਨੇ। ਇੱਥੇ ਲਗਾਤਾਰ ਤੁਹਾਨੂੰ ਬਹੁਤ ਦਿਨਾਂ ਤੋਂ ਅਸੀਂ ਵੀਡੀਓ ਦਿਖਾ ਰਹੇ ਹਾਂ ਜਿਹਦੇ 'ਚ ਲੱਕ ਪੀੜ, ਲੱਤ ਪੀੜ, ਡਿਸਕ ਪੇਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਫਿਰ ਸਰਵਾਈਕਲ ਦੀ ਦਰਦ ਕਰਕੇ ਗੋਡਿਆਂ ਦੇ ਦਰਦ ਜਿਹੜੇ, ਜਾਂ ਫਿਰ ਲੱਕ ਦੇ ਵਿੱਚੋਂ ਜੇ ਤੁਹਾਡੀ ਲੱਤ ਤੱਕ ਦਰਦ ਜਾਂਦੀ ਹੈ, ਤਾਂ ਉਹਦੇ ਇਲਾਜ ਦੇ ਵਾਸਤੇ ਬਹੁਤ ਸਾਰੇ ਮਰੀਜ਼ ਜਿਹੜੇ ਆ ਵਿਜਿਟ ਕਰਦੇ ਨੇ। ਡਾਕਟਰ ਸਾਹਿਬ ਜਿਹੜਾ ਨੇ ਉਹ ਸ਼ਨੀਵਾਰ ਜਿਹੜਾ ਆ ਬੇਗੋਵਾਲ ਦੇ ਵਿੱਚ ਆ ਕੇ ਮਰੀਜ਼ਾਂ ਨੂੰ ਦੇ ਦੇਣੇ। ਕੁਝ ਐਸੀਆਂ ਜਾਣਕਾਰੀਆਂ ਜਿਹੜੀਆਂ ਅਸੀਂ ਡਾਕਟਰ ਸਾਹਿਬ ਤੋਂ ਲਵਾਂਗੇ, ਉਹ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਨ ਲੱਗੇ ਹਾਂ। ਬਣੇ ਰਹੋ ਵੀਡੀਓ ਦੇ ਐਂਡ ਤੱਕ, ਤਾਂ ਕਿ ਹਰ ਜਾਣਕਾਰੀ ਜਿਹੜੀ ਉਹ ਤੁਹਾਡੇ ਤੱਕ ਸੰਭਵ ਰੂਪ ਦੇ ਵਿੱਚ ਪਹੁੰਚ ਸਕੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਡੀਪੀਸੀ ਪੰਜਾਬੀ ਦੇ। ਧੰਨਵਾਦ ਜੀ ਤੁਹਾਡੀ ਟੀਮ ਦਾ ਤੇ ਦੇਖ ਰਹੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ, ਧੰਨਵਾਦ। ਸਰ, ਹੁਣ ਤੱਕ ਆਪਾਂ ਕਿੰਨੇ ਕੁ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਹਾਂ? ਮੈਨੂੰ 54 ਸਾਲ ਤੋਂ ਮੈਂ ਕੰਮ ਕਰ ਰਿਹਾ ਹੋਸ਼ ਵਿੱਚ। ਵੈਸੇ ਤਾਂ ਮੈਂ ਜਦੋਂ ਦਾ ਜੰਮਿਆ ਉਦੋਂ ਦਾ ਦਵਾਈ 54 ਸਾਲ ਤੋਂ ਮੈਂ ਹੋਸ਼ ਵਿੱਚ ਕੰਮ ਕਰ ਰਿਹਾ। ਅਤੇ ਮੇਰਾ ਗਿਨੀਜ਼ ਬੁੱਕ ਅਤੇ ਲਿਮਕਾ ਬੁੱਕ ਦੇ ਵਿੱਚ ਇੱਕ ਵਰਲਡ ਰਿਕਾਰਡ ਹੈ 1983 ਮਰੀਜ਼ ਦੇਖਣ ਦਾ, 23 ਘੰਟੇ ਲਗਾਤਾਰ ਕੰਮ ਕਰ। ਕੀ ਬਾਤ ਹੈ ਡਾਕਟਰ ਸਾਹਿਬ! ਅਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਮੇਰੇ ਅਕੋਰਡਿੰਗ ਅੱਧਾ ਕੁ ਰਾਜਸਥਾਨ, ਯੂਪੀ, ਹਰਿਆਣਾ, ਜੰਮੂ, ਉੱਤਰਾਖੰਡ ਅਤੇ ਅੰਡੇਮਾਨ ਨਿਕੋਬਾਰ ਤੱਕ ਦੀ ਦੁਨੀਆ ਇੱਥੇ ਆ ਲਈ, ਅਤੇ ਮਹਾਰਾਸ਼ਟਰ, ਤਮਿਲਨਾਡੂ ਤੱਕ ਦੇ ਲੋਕ ਇੱਥੇ ਆ ਲਏ, ਪੰਜਾਬ ਦੇ ਤਾਂ ਹੈਗੇ ਹੀ ਆ ਸਰ। ਅਤੇ ਮੇਰੇ ਅੰਦਾਜ਼ੇ ਨਾਲ ਡਿਸਕ, ਸਰਵਾਈਕਲ, ਗੋਡੇ, ਮੋਢਿਆਂ ਦਾ ਲਗਭਗ ਮੇਰਾ ਖਿਆਲ ਵੀ 8 ਕਰੋੜ ਦੇ ਨੇੜੇ ਤੇੜੇ ਮੈਂ ਮਰੀਜ਼ ਫਿੱਟ ਕਰ ਦਿੱਤਾ ਸਰ। ਗੋਡੇ ਅਤੇ ਮੋਢੇ ਖਾਸ ਕਰਕੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਡਿਸਕ ਦੀ ਵੀ ਨਾਲ, ਇਹ ਕਿਹੜੇ ਕਾਰਨਾਂ ਕਰਕੇ ਆ ਜਾਂਦੀ ਵੀ ਲੋਕ ਉਹਨਾਂ ਤੋਂ ਬਚ ਸਕਣ ਦਵਾਈ ਖਾਣ ਤੋਂ ਬਾਅਦ? ਜਿਹੜੇ ਗੋਡੇ ਆ, ਪਹਿਲਾਂ ਜਦੋਂ ਕਿਸੇ ਅੱਜ ਦੇ ਟਾਈਮ ਦੇ ਵਿੱਚ ਬੰਦਾ ਸਿਰਫ ਕਣਕ ਵਾਲੀ ਰੋਟੀ ਖਾਂਦਾ ਅਤੇ ਜਿਹੜਾ ਆਟਾ ਕਣਕ ਦਾ ਉਹ ਵੀ ਰੂਲੇ ਵਾਲਾ, ਕਹਿਣ ਦਾ ਭਾਵ ਵੀ ਸਰੀਰ 'ਚ ਜਾਨ ਹੈ ਨਹੀਂ, ਬੰਦਾ ਕਲਯੁਗ ਹੋਣ ਕਰਕੇ ਥੋੜ੍ਹਾ ਜਿਹਾ ਗੁੱਸੇਖੋਰ ਹੈ, ਅੱਜ ਹਰ ਬੰਦਾ ਸਵਾਲ ਜਿਹੜਾ ਅੱਥਰਾ ਹੀ ਚੱਕੀ ਫਿਰਦਾ, ਮਾੜੀ ਜਿਹੀ ਗੱਲਬਾਤ ਹੁੰਦੀ ਅਤੇ ਮਰਨ ਮਰਾਉਣ 'ਤੇ ਦੁਨੀਆ ਹੋ ਜਾਂਦੀ। ਹਾਂਜੀ, ਇੱਕ ਕਾਰਨ ਤਾਂ ਇਹ ਆ। ਦੂਸਰਾ ਇੱਕ ਕਾਰਨ ਹੋਰ ਹੈ ਕਿ ਜਿਹੜੀ ਅੱਜ ਦੀ ਪੀੜ੍ਹੀ ਆ ਇਹ ਪੈਸਾ ਪੈਸਾ ਕਰਦੀ, ਪੈਸੇ ਦੇ ਕਮਾਉਣ ਦੇ ਚੱਕਰ 'ਚ ਮਿਲਣਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਹਾਂਜੀ, ਅਤੇ ਕਈ ਵਾਰੀ ਕੀ ਹੁੰਦਾ ਕਿ ਆਪਣੇ ਸਰੀਰ ਦੇ ਵਿੱਚ ਉਨੀ ਜਾਨ ਨਹੀਂ ਹੁੰਦੀ, ਜੇ ਆਪਾਂ ਕਿਸੇ ਚੀਜ਼ ਨੂੰ ਧੱਕਦੇ ਹਾਂ, ਚੱਕਦੇ ਹਾਂ, ਖਿੱਚਦੇ ਹਾਂ, ਹਾਂਜੀ, ਤਾਂ ਪੜਦਾ ਅਤੇ ਲੱਖ ਦਾ ਜ਼ੋਰ ਲੱਗਦਾ, ਪੱਟ ਵਾਲੀ ਹੱਡੀ ਅੰਦਰ ਗ੍ਰਿਪ ਕਰ ਜਾਂਦੀ, ਜਿਹਦੀ ਵਜ੍ਹਾ ਨਾਲ ਦੋਨੇ ਹੱਡੀਆਂ ਦੇ ਵਿਚਾਲੇ ਆ ਕੇ ਨਾੜ, ਮੇਨ ਨਾੜ 'ਚ ਭੋਣ ਲੱਗ ਜਾਂਦੀ ਹੈ, ਹਾਂਜੀ, ਅਤੇ ਬੰਦੇ ਨੂੰ ਲੱਖ ਤੋਂ ਦਰਦ ਚਾਲੂ ਹੋ ਜਾਂਦਾ। ਇਹ ਲੱਖ ਦੇ ਦਰਦ ਨੂੰ ਲਵਕਣ ਦਾ ਉਹ ਕਰਨ ਲਈ ਟੇਢਾ ਜਿਹਾ ਹੋ ਕੇ ਦਰਦਾ, ਫਿਰ ਉਹਦੇ ਗੋਡਿਆਂ 'ਚ ਗੈਪ ਪੈਣਾ ਚਾਲੂ ਹੋ ਜਾਂਦਾ, ਗੋਡੇ ਜਿਹੜੇ ਆ ਖਰਾਬ ਹੋਣੇ ਚਾਲੂ ਹੋ ਜਾਂਦੇ। ਅਤੇ ਇਸੇ ਤਰ੍ਹਾਂ ਜਿਹੜੀ ਗਰਦਨ ਹੈ ਇੱਥੇ ਰੱਖਣ ਦੀ ਬਜਾਏ ਇੱਥੇ ਰੱਖਦੀਆਂ ਬੁੜੀਆਂ, ਅਤੇ ਹਲਕਾ ਜਿਹਾ ਮਣਕਾ ਜਿਹੜਾ ਬੋਡੀ ਦੇ ਕਰਦੇ ਨੂੰ ਵੱਖ ਵੱਖ ਕਰਦਾ ਬਾਹਰ ਨਿਕਲ ਜਾਂਦਾ, ਅਤੇ ਇਹ ਜਿਹੜੀਆਂ ਨਾੜਾਂ ਨੇ ਇਹ ਟਾਈਟ ਹੋ ਜਾਂਦੀਆਂ ਉੱਪਰੋਂ, ਅਤੇ ਟਾਈਟ ਹੋਣ ਨਾਲ ਉਹਨੂੰ ਆਪਾਂ ਸਰਵਾਈਕਲ ਕਹਿੰਦੇ, ਨਾ ਬੰਦਾ ਇੱਧਰ ਮੁੜ ਸਕਦਾ ਨਾ ਇੱਧਰ ਮੁੜ ਸਕਦਾ, ਸਰਵਾਈਕਲ ਕਹਿੰਦੇ। ਗੋਡਿਆਂ ਅਤੇ ਲੱਕ ਵਾਸਤੇ ਜਿਹੜਾ ਆ ਉਹ ਕਿੰਨੇ ਚਿਰ ਦਾ ਟ੍ਰੀਟਮੈਂਟ ਆ ਅਤੇ ਕਿਵੇਂ ਤੁਹਾਡੇ ਤੱਕ ਪਹੁੰਚ ਕੀਤੀ ਜਾ ਸਕਦੀ ਮਰੀਜ਼ਾਂ ਦੁਆਰਾ? ਜਿਹੜਾ ਲੱਕ ਦਾ ਮਰੀਜ਼ ਹੈ, ਮਤਲਬ ਡਿਸਕ ਨੂੰ ਜਿਹਨੂੰ ਲੋਕ ਕਹਿੰਦੇ ਆ, ਅਤੇ ਉਹਨੂੰ ਅਸੀਂ 15-50% ਮਰੀਜ਼ ਜਿਹੜੇ ਆ ਮੇਰੇ ਉਹ 15 ਦਿਨ ਵਾਲੀ ਆ, 25% ਮਰੀਜ਼ ਆ ਉਹ ਮਤਲਬ ਜਿਹੜੇ ਆ ਉਹ ਮਹੀਨੇ ਵਾਲੇ ਆ, ਅਤੇ 25% ਮਰੀਜ਼ ਉਹ ਆ ਜਿਹੜੇ 1.5 ਤੋਂ 2 ਮਹੀਨੇ ਵਾਲੇ। ਅਤੇ ਜੇ ਬੰਦਾ ਇਲਾਜ ਨਾਲ ਪਰਹੇਜ਼ ਕਰ ਗਿਆ ਤਾਂ ਮੈਨੂੰ ਲੱਗਦਾ ਵੀ ਲੋੜ ਹੀ ਨਹੀਂ ਪੈਂਦੀ ਜਲਦੀ। ਅਤੇ ਜਿਹੜੇ ਗੋਡਿਆਂ ਵਾਲੇ ਆ, ਗੋਡਿਆਂ ਦੀ ਦਵਾਈ ਜਿਹਦੇ ਜ਼ਿਆਦਾ ਹੀ ਗੋਡੇ ਖਰਾਬ ਆ, ਇੱਦਾਂ ਟੇਢੇ ਹੋ ਗਏ, ਉਹ ਵੀ 3 ਮਹੀਨੇ ਵਾਲੇ ਆ,
ਤੇ ਜਿਹੜੇ ਆਮ ਮਤਲਬ ਕਿਸੇ ਦੇ ਥੋੜ੍ਹੇ ਬਹੁਤੇ ਦੁਖਦੇ ਆ ਉਹ 1.5 ਤੋਂ 2 ਮਹੀਨੇ। ਗੋਡਿਆਂ ਦੀ ਦਵਾਈ ਜਿਹੜੀ ਹੈ ਮੈਂ ਸਪਸ਼ਟ ਕਰ ਦਿਆਂ, ਅਤੇ ਲੱਕ ਤੋਂ ਵੀ ਅਤੇ ਗੋਡਿਆਂ ਤੋਂ ਵੀ, ਕਿਸੇ ਵੀ ਚੀਜ਼ ਤੋਂ ਮੈਂ ਪੇਨ ਕਿਲਰ ਦਵਾਈ ਨਹੀਂ ਦਿੰਦਾ। ਪੇਨ ਕਿਲਰ ਦੇ ਕੇ ਦਰਦ ਹਟਾਇਆ ਅਤੇ ਸਾਹ ਹਟਾਇਆ, ਪੇਨ ਹੁੰਦੀ ਕਿਉਂ ਹੈ ਉਸ 'ਤੇ ਅਟੈਕ ਕਰਦੇ ਹਾਂ। ਸਭ ਤੋਂ ਪਹਿਲਾਂ ਹੱਥ ਨਾਲ ਹੱਡੀ ਨੂੰ ਸੈੱਟ ਕੀਤਾ ਜਾਂਦਾ, ਜੋ ਹੱਡੀ ਸੈੱਟ ਹੋ ਗਈ ਹੱਦ ਤੋਂ ਵੱਧ 50% ਤੋਂ 60% ਮੌਕੇ 'ਤੇ ਰੋਗ ਠੀਕ ਹੋ ਜਾਂਦਾ। ਮੈਂ ਗੋਡੇ ਵਾਲੇ ਮਰੀਜ਼ਾਂ ਦੱਸਣਾ ਚਾਹੁੰਦਾ, ਜੇ ਮੈਂ ਗੋਡੇ ਫਿੱਟ ਕਰਦੇ 50-60% ਗੋਡੇ ਜਿਹੜੇ ਉਹ ਠੀਕ ਹੋ ਜਾਂਦੇ, ਲੱਕ ਜਿਹੜਾ ਉਹ 70% ਠੀਕ ਹੋ ਜਾਂਦਾ, ਸਰਵਾਈਕਲ 100% ਠੀਕ ਹੋ ਜਾਂਦਾ। ਅਤੇ ਜਿਹੜੇ ਗਠੀਏ ਦੇ ਮਰੀਜ਼ ਨੇ, ਗਠੀਏ ਦੀ ਦਵਾਈ ਦੇ ਵਿੱਚ ਆਮ ਜ਼ਿਆਦਾ ਸਟੇਰਾਇਡ ਦੇ ਕੇ ਮਰੀਜ਼ ਨੂੰ ਟਿਕਾਇਆ ਜਾਂਦਾ, ਅਤੇ ਅਸੀਂ 4 ਮਹੀਨੇ ਬਾਅਦ ਦਵਾਈ ਪੱਕੇ ਤੌਰ 'ਤੇ ਗਠੀਏ ਦੀ ਬੰਦ ਕਰ ਦਿੰਦੇ ਹਾਂ, ਕਦੇ ਇੱਕ ਗੋਲੀ ਵੀ ਨਹੀਂ। ਮਰੀਜ਼ ਦਾ ਗਠੀਆ ਘਟਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪੁਆਇੰਟਾਂ 'ਚ ਕੁਆਂਟਿਟੀ 'ਚ ਘਟਣਾ ਤਾਂ ਬਹੁਤ ਦੂਰ ਦੀ ਗੱਲ, ਅਤੇ ਉਹਨੂੰ ਨੈਗਟਿਵ ਆ ਜਾਂਦਾ, ਟੋਟਲੀ ਨੈਗਟਿਵ ਦੇ ਰਹੇ ਹਾਂ, ਦਵਾਈ ਪੱਕੇ ਤੌਰ 'ਤੇ ਬੰਦ ਹੋ ਜਾਂਦੀ ਹੈ। ਅਤੇ ਇੱਕ ਆਪਾਂ ਵਾਲ ਝੜਨ ਤੋਂ ਤੇਲ ਬਣਾਉਂਦੇ ਹਾਂ, ਇਹਨਾਂ ਦੇ ਵਾਲ ਜ਼ਿਆਦਾ ਝੜਦੇ ਆ, ਮੇਰਾ ਖਿਆਲ 500 ਰੁਪਏ ਸ਼ੀਸ਼ੀ ਆ 200 ML ਦੀ, ਜਿਹੜਾ 2 ਸ਼ੀਸ਼ੀਆਂ ਵਰਤ ਗਿਆ ਕਦੇ ਵਾਲ ਨਹੀਂ ਝੜਨਗੇ। ਕੱਦ ਵਾਲੀ ਦਵਾਈ ਅਸੀਂ ਅੱਜ ਜਿਵੇਂ ਕੱਦ ਅੱਖਾਂ ਸਾਹਮਣੇ ਨਾਪਿਆ, ਨਾਪ ਕੇ ਉਹਦੀ ਪਰਚੀ ਬਣਾ ਦਿੱਤੀ ਜਾਂਦੀ ਵੀ ਅੱਜ ਦੀ ਰੇਟ 3 ਮਹੀਨਾ ਦਵਾਈ ਖਾਣ ਤੋਂ ਬਾਅਦ 3 ਮਹੀਨਿਆਂ 'ਚ 3 ਇੰਚ ਦੀ ਗਰੰਟੀ ਦਿੰਦੇ ਹਾਂ। ਕੱਦ ਜਿਹੜਾ 4-4.5 ਇੰਚ ਵੱਧ ਜਾਂਦਾ, ਬਸ਼ਰਤੇ ਜਿਹੜੀ ਬੱਚੇ ਦੀ ਉਮਰ 21 ਸਾਲ ਤੋਂ ਥੱਲੇ ਹੋਵੇ। ਅਤੇ ਜਦੋਂ ਇਸ ਤੋਂ ਉੱਪਰ ਵਾਲੇ ਦਵਾਈ ਲੈਂਦੇ ਆ, ਇਸ ਤੋਂ ਉੱਪਰ ਵਾਲੇ ਦਵਾਈ ਲੈਂਦੇ ਜਿਹੜੇ ਮਤਲਬ ਜਵਾਕ, ਉਹਨਾਂ ਜਵਾਕਾਂ ਦਾ ਵੱਧ ਜਿਹੜੇ ਗ੍ਰੈਸ ਵਿੱਚ ਨਹੀਂ ਪਏ, ਜਿਹੜੇ ਗ੍ਰੈਸ ਵਿੱਚ ਪੈ ਗਏ ਉਹਨਾਂ ਦਾ ਕੱਦ ਨਹੀਂ ਵੱਧ ਸਕਦਾ। ਠੀਕ ਹੈ, ਜਿਹੜਾ ਗ੍ਰੈਸ 'ਚ ਨਹੀਂ ਪਿਆ ਉਹ ਚਾਹੇ 25 ਸਾਲ ਦਾ, ਉਹਦਾ ਕੱਦ ਵੱਧ ਜਾਂਦਾ, ਪਰ ਅਸੀਂ ਉਹਨੂੰ ਗਰੰਟੀ ਨਹੀਂ ਦਿੰਦੇ। ਉਹ ਆਪਣੀ ਮਰਜ਼ੀ ਉਹਨੇ ਲੈ ਕੇ ਦੇਖਣੀ ਹੈ ਜਾਂ ਮਤਲਬ ਮਹੀਨੇ ਦੀ ਲੈ ਕੇ ਦੇਖਣੀ ਹੈ, ਉਹ ਉਹਦੀ ਆਪਦੀ ਸੋਚ ਹੈ। ਸਰ ਕਾਫੀ ਦੇਰ ਤੋਂ ਅਸੀਂ ਤੁਹਾਡੇ ਇੱਥੇ ਵਿਜ਼ਿਟ ਕਰਦੇ ਪਏ ਹਾਂ ਅਤੇ ਬਹੁਤ ਸਾਰੇ ਮਰੀਜ਼ ਕਈ ਵਾਰੀ ਆ ਕੇ ਪੁੱਛਦੇ ਆ ਗਰੰਟੀ ਕੀ, ਗਰੰਟੀ ਉਹ ਗਰੰਟੀ, ਵੈਸੇ ਤਾਂ ਦੁਨੀਆ 'ਤੇ ਕਿਸੇ ਚੀਜ਼ ਦੀ ਗਰੰਟੀ ਹੈ ਨਹੀਂ, ਕਿਉਂਕਿ ਸਾਹਾਂ ਦਾ ਪਤਾ ਨਹੀਂ ਕਿੱਥੇ ਮੁੱਕ ਜਾਣੇ ਆ, ਪਰ ਫਿਰ ਵੀ ਲੋਕ ਗਰੰਟੀ ਭਾਲਦੇ ਆ ਆਪਣੇ ਇਲਾਜ ਦੇ ਲਈ, ਉਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਤਾਂ ਸਿੱਧਾ ਜਿਹਾ ਪੁਆਇੰਟ ਆ ਇਸ ਪੁਆਇੰਟ 'ਤੇ, ਜਿਹੜਾ ਗਰੰਟੀ ਭਾਲਦਾ ਸੀ ਉਹਨੂੰ ਕਹਿੰਦੇ ਸਿੱਧਾ ਜਦੋਂ ਸਾਡੇ ਨਾਲ ਰਹਿ, ਕਿਉਂਕਿ ਸਾਨੂੰ ਕੀ ਪਤਾ ਉਹ ਪਰਹੇਜ਼ ਕਰੂਗਾ ਕਿ ਨਹੀਂ ਕਰੂਗਾ। ਬਾਕੀ ਇੱਕ ਚੀਜ਼ ਹੋਰ, ਅਸੀਂ ਜਿਹੜਾ ਉਹ ਬੈਨਰ ਲਾਏ ਆ, ਇਹਨਾਂ ਦੇ ਉੱਤੇ ਸਪੈਸ਼ਲੀ ਲਿਖਿਆ ਜਿਹੜਾ ਮਰੀਜ਼ ਮਤਲਬ ਗਰੰਟੀ ਭਾਲਦਾ ਉਹਨੂੰ ਅਸੀਂ ਕਹੀਦਾ 10 ਤੋਂ 12-2 ਘੰਟੇ ਦਵਾਖਾਨੇ 'ਚ ਬੈਠ ਕੇ ਦਵਾਖਾਨੇ ਦਾ ਨਜ਼ਾਰਾ ਦੇਖ ਲਓ, ਉਹਦੇ ਬਾਅਦ ਤੁਹਾਡਾ ਕੋਈ ਸਵਾਲ ਕਰਨ ਨੂੰ ਮਨ ਬਣਿਆ ਫਿਰ ਕਰਿਓ। ਸਹੀ, ਬਾਕੀ ਗਰੰਟੀ ਸਾਡੀ ਇਹ ਆ ਵੀ ਜਿਹੜਾ ਬੰਦਾ ਦਵਾਈ ਪਰਹੇਜ਼ ਰੱਖ ਕੇ ਦਵਾਈ ਲੈਂਦਾ, ਸਾਨੂੰ ਉਹ ਤੇ 15 ਦਿਨਾਂ ਬਾਅਦ ਹੀ ਪਤਾ ਲੱਗ ਜਾਂਦਾ ਮਰੀਜ਼ ਦਾ, ਮਤਲਬ ਵੀ ਹਾਂ ਇਹਨੇ ਪਰਹੇਜ਼ ਕੀਤਾ ਕਿ ਨਹੀਂ ਕੀਤਾ। ਜੇ ਪਰਹੇਜ਼ ਕੀਤਾ 15 ਦਿਨ ਦੀ ਦਵਾਈ ਦੱਸ ਦਿੰਦੀ ਹੈ ਵੀ ਹਾਂ ਮੈਂ ਕੁਛ ਲਿਆ। ਸਾਡੀ ਦਵਾਈ ਇੱਕ ਹੋਰ ਚੀਜ਼, ਮੇਰਾ ਇੱਕ ਚੈਲੰਜ ਹੈ, ਮੇਰੀ ਦਵਾਈ ਲਿਜਾ ਕੇ ਕੋਈ ਬੰਦਾ ਕਿਤੇ ਵੀ ਚੈੱਕ ਕਰਵਾ ਸਕਦਾ, ਜਾਂ ਮਹੀਨਾ ਦਵਾਈ ਖਾਣ ਤੋਂ ਬਾਅਦ 4-2 ਦਿਨ ਛੱਡ ਕੇ ਅਜੇ ਉਹ ਇਹ ਨਹੀਂ ਹੈਗਾ ਵੀ ਉਹ ਦੁਬਾਰਾ ਫਿਰ ਉਹੀ ਉਹੀ ਹਾਲਾਤ ਹੋ ਗਈ, ਉਹ ਕਦੇ ਵੀ ਨਹੀਂ ਹੁੰਦਾ। ਤੇ ਕਿਉਂਕਿ ਜੇ ਪੇਨ ਕਿਲਰ ਹੋ ਗਈ ਤਾਂ ਹੀ ਵਾਪਸੀ ਆਊ, ਜੇ ਪੇਨ ਕਿਲਰ ਹੈ ਹੀ ਨਹੀਂ ਤਾਂ ਵਾਪਸੀ ਕਿਵੇਂ ਆਜੂ? ਬਹੁਤ ਸਾਰੇ ਮਰੀਜ਼ ਜਦੋਂ ਆਉਂਦੇ ਆ ਦਵਾਈ ਲੈ ਕੇ ਜਾਂਦੇ ਆ, ਤੇ ਬਹੁਤ ਸਾਰੇ ਮਰੀਜ਼ ਆ ਜਿਹੜੇ ਉਹ 15 ਦਿਨ ਦੀ ਦਵਾਈ ਦੇ ਵਿੱਚ ਜਿਹੜਾ ਆ ਉਹ ਪ੍ਰੋਪਰ ਇਲਾਜ ਜਿਹੜਾ ਲੱਭਣ ਲੱਗ ਪੈਂਦੇ ਆ, ਜੇ ਉਹਨਾਂ ਨੂੰ ਨਹੀਂ ਫਰਕ ਪੈਂਦਾ ਤੇ ਉਹ ਦੁਬਾਰਾ ਜਾਂ ਤੇ ਆਉਂਦੇ ਨਹੀਂ ਜਾਂ ਫਿਰ 1-2 ਮਹੀਨੇ ਬਾਅਦ ਫਿਰ ਤੋਂ ਆ ਜਾਂਦੇ, ਕਿਉਂਕਿ ਜ਼ਿਆਦਾ ਦਰਦ ਵੱਧ ਜਾਂਦਾ ਉਸ ਦੌਰਾਨ ਦਵਾਈ ਛੱਡਣ ਕਰਕੇ, ਉਹਦੇ 'ਤੇ ਕੀ ਕਹੋਗੇ? ਜਿਵੇਂ ਅੱਜ ਇੱਕ ਗਠੀਏ ਵਾਲਾ ਮਰੀਜ਼ ਆਇਆ ਸੀ ਤੁਹਾਡੇ ਸਾਹਮਣੇ, ਅਤੇ ਉਹਨੇ ਦਵਾਈ 1.5 ਮਹੀਨੇ ਦੀ ਦਵਾਈ, 1.5 ਮਹੀਨਾ ਪਹਿਲਾਂ ਦਵਾਈ ਲੈ ਕੇ ਗਿਆ 1 ਮਹੀਨੇ ਦੀ, ਮਹੀਨੇ ਦਵਾਈ ਉਹ 1.5 ਮਹੀਨੇ 'ਚ ਖਾ ਕੇ ਅੱਜ ਆ ਕੇ ਕਹਿੰਦਾ ਠੀਕ ਹੈ, ਉਹ ਤੁਹਾਡੇ ਸਾਹਮਣੇ ਕਹਿੰਦਾ ਠੀਕ ਹੈ, ਪਰ ਜੇ ਪ੍ਰੋਪਰ ਦਵਾਈ ਲਵੇ ਅਸੀਂ ਤਾਂ ਉਸੇ ਜੀ ਨੂੰ ਉਹ ਕਰਾਂਗੇ। ਬਿਲਕੁਲ ਬਿਲਕੁਲ, ਅਸੀਂ ਤਾਂ ਪ੍ਰੋਪਰ ਦਵਾਈ ਨੂੰ ਰਿਕਮੈਂਡ ਕਰਾਂਗੇ, ਪ੍ਰੋਪਰ ਦਵਾਈ। ਸਰ
ਇਸ ਟਾਈਮ ਅਸੀਂ ਬੇਗੋਵਾਲ ਦੇ ਵਿੱਚ ਗੱਲ ਕਰਦੇ ਪਏ ਆ। ਬੇਗੋਵਾਲ ਦਾ ਜਿਹੜਾ ਆ ਦੇਸੀ ਦਵਾਖਾਨਾ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਖਾਨੇ ਵਿੱਚ ਬੈਠੇ ਹੋਏ ਆ, ਇੱਥੇ ਤੁਸੀਂ ਸ਼ਨੀਵਾਰ ਤੇ ਸ਼ਨੀਵਾਰ ਵਿਜ਼ਿਟ ਕਰਦੇ ਹੋ, ਬਾਕੀ ਦੇ ਦਿਨ ਕਿਸ ਤਰ੍ਹਾਂ? ਬਾਕੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਅਸੀਂ ਮੁੱਲਾਂਪੁਰ, ਲੁਧਿਆਣੇ ਦੇ ਨਾਲ ਮੁੱਲਾਂਪੁਰ, ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਮੁੱਲਾਂਪੁਰ ਉੱਥੇ, ਅਤੇ ਸ਼ਨੀਵਾਰ ਇੱਥੇ। ਹੁਣ ਐਤਵਾਰ ਅਸੀਂ ਮਲਖਣ ਦਾ ਗਾਂਹ ਕਿਤੇ ਹੋਰ ਪ੍ਰੋਗਰਾਮ ਬਣਾ ਰਹੇ ਹਾਂ, ਉਹ ਅਗਲੀ ਵੀਡੀਓ 'ਚ ਦੱਸ ਦਿਓ। ਇਸ ਤੋਂ ਇਲਾਵਾ ਜਿਹੜੀ ਸੰਗਤ ਤੁਹਾਨੂੰ ਦੇਖਦੀ ਪਈ ਹੈ, ਉਹਨਾਂ ਨੂੰ ਕੋਈ ਚੰਗਾ ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਤਾਂ ਕਹੂੰਗਾ ਵੀ ਘੱਟ ਖਾਓ ਤੇ ਖਾਓ ਸੋਲਿਡ ਤੇ ਵਧੀਆ ਜੀਓ। ਬਿਲਕੁਲ, ਓਕੇ ਓਕੇ ਸਰ। ਤੇ ਦੋਸਤੋ, ਹੁਣੇ ਹੁਣੇ ਤੁਸੀਂ ਸਾਡੇ ਨਾਲ ਇੱਥੇ ਗੱਲਬਾਤ ਅਸੀਂ ਕਰਕੇ ਹਟੇ ਹਾਂ ਵੈਦ ਜਸਵੰਤ ਸਿੰਘ ਜੀ ਨਾਲ, ਦੇਸੀ ਦਵਾਖਾਨਾ ਬਾਬਾ ਸ੍ਰੀ ਚੰਦ ਜੀ ਦੇਸੀ ਦਵਾਖਾਨਾ ਬੇਗੋਵਾਲ ਤੋਂ। ਬੇਗੋਵਾਲ ਦੇ ਵਿੱਚ ਬੈਠੇ ਹੋਏ ਹਾਂ, ਲਗਾਤਾਰ ਗੱਲਬਾਤ ਡਾਕਟਰ ਸਾਹਿਬ ਨੇ ਕੀਤੀ, ਡਾਕਟਰ ਸਾਹਿਬ ਨੇ ਸਾਰੀਆਂ ਹਦਾਇਤਾਂ ਦੇ ਦਿੱਤੀਆਂ ਨੇ, ਦਵਾਈ ਕਿੱਦਾਂ ਖਾਣੀ, ਕਿੰਨਾ ਚਿਰ ਖਾਣੀ, ਕਿਹੜੇ ਰੋਗ ਦੀ ਕਿਸ ਤਰ੍ਹਾਂ ਦਵਾਈ ਖਾਣੀ ਤੇ ਕਿਹੜੇ ਕਿਹੜੇ ਰੋਗਾਂ ਦਾ ਜਿਹੜਾ ਆ ਉਹ ਇੱਥੇ ਤਸੱਲੀ ਬਖਸ਼ ਜਿਹੜਾ ਆ ਇਲਾਜ ਕੀਤਾ ਜਾਂਦਾ ਆ। ਜਲਦੀ ਦੇ ਨਾਲ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਜਿਹੜਾ ਆ ਇੱਥੇ ਪਹੁੰਚ ਕੇ ਆਪਣੇ ਕਿਸੇ ਵੀ ਪ੍ਰੋਬਲਮ ਦੀ ਜਿਹੜੀ ਹੈ ਉਹ ਟ੍ਰੀਟਮੈਂਟ ਜਿਹੜਾ ਤੁਸੀਂ ਇੱਥੇ ਲੈ ਸਕਦੇ ਹੋ। ਫਿਰ ਤੋਂ ਤੁਹਾਨੂੰ ਦੱਸ ਦੇਵਾਂ ਕਿ ਸ਼ਨੀਵਾਰ ਦੇ ਸ਼ਨੀਵਾਰ ਜਿਹੜਾ ਆ ਤੁਸੀਂ ਬੇਗੋਵਾਲ ਪਹੁੰਚ ਸਕਦੇ ਹੋ, ਬੇਗੋਵਾਲ ਸ਼ਨੀਵਾਰ ਤੇ ਸ਼ਨੀਵਾਰ ਵਿਜ਼ਿਟ ਕੀਤੀ ਜਾਂਦੀ ਡਾਕਟਰ ਸਾਹਿਬ ਹੋਣਾ ਵੱਲੋਂ, ਤੇ ਮੁੱਲਾਪੁਰ ਦੇ ਵਿੱਚ, ਲੁਧਿਆਣਾ ਮੁੱਲਾਪੁਰ ਦੇ ਵਿੱਚ ਜਿਹੜਾ ਆ ਉਹ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜਿਹੜਾ ਆ ਦਿਖਾ ਸਕਦੇ ਹੋ। ਜਿਹੜਾ ਵੀ ਤੁਹਾਨੂੰ ਨਜ਼ਦੀਕ ਪੈਂਦਾ ਆ ਫੋਨ ਕਰਕੇ ਤੁਸੀਂ ਉੱਥੇ ਪਹੁੰਚ ਕੇ ਆਪਣੀ ਦਵਾਈ ਲੈ ਕੇ ਜਿਹੜਾ ਆ ਆਪਣਾ ਇਲਾਜ ਕਰਵਾ ਸਕਦੇ ਹੋ। ਧੰਨਵਾਦ, ਮਿਲਦੇ ਕਿਸੇ ਅਗਲੇ ਵੀਡੀਓ 'ਚ।